ਹੁੰਦੇ ਸੀ ਵੀ ਇੱਥੇ MLA ਜਾਂਦੇ ਨੇ, ਮੰਤਰੀ ਸਾਹਿਬ ਜਾਂਦੇ ਨੇ, ਅੱਜ ਦਾਤੇ ਨੇ ਸਾਡੀ ਡਿਊਟੀ ਲਾਤੀ ਆ। ਹਲਕੇ ਵਾਲਿਆਂ ਨੇ ਬਹੁਤ ਮਿਹਨਤ ਕੀਤੀ ਆ, ਵਰਕਰ ਸਾਹਿਬਾਨਾਂ ਨੇ ਬਹੁਤ ਮਿਹਨਤ ਕੀਤੀ ਹੈ, ਉਹਨਾਂ ਦੀ ਜਿੱਤ ਆ ਜੀ। ਅਤੇ ਜੋ ਵਾਅਦੇ ਪੂਰੇ ਕਰਾਂਗੇ, ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਪੂਰੇ ਕਰਾਂਗੇ ਜੀ। ਜਨਰੇਸ਼ਨਲ ਸ਼ਿਫਟ ਹੋਇਆ ਕਿ ਇਸ ਵਾਰ ਤੁਹਾਡੀ ਸਰਕਾਰ ਬਣਦੇ ਇੱਕ ਆ ਚੀਜ਼ ਦੇਖਣ ਨੂੰ ਮਿਲੀ ਆ ਵੀ 85 ਤਾਂ ਨਵੇਂ ਜਿਹੜੇ ਪਹਿਲੀ ਵਾਰ ਜਾ ਰਹੇ ਨੇ, 13 ਔਮਨ MLAs ਨੇ, ਕਦੇ ਹੋਇਆ ਹੀ ਨਹੀਂ ਸੀ, ਕਿਵੇਂ ਦੇਖਦੇ ਹੋ ਇਸ ਚੀਜ਼? ਇਹ ਲੋਕਾਂ ਦਾ ਫਤਵਾ ਜੀ। ਪੰਜਾਬ ਜਿਹੜਾ ਉਹਨਾਂ ਤੋਂ ਅੱਕ ਚੁੱਕਿਆ ਸੀ, ਪਿਛਲੇ 70-72 ਸਾਲ ਤੋਂ ਇੱਕ ਵਾਰੀ ਵਾਰ ਵਾਰ ਰਾਜ ਕਰਦੇ ਸੀ, ਲੋਕਾਂ ਨੂੰ ਗੁਮਰਾਹ ਕਰਦੇ ਸੀ, ਵਾਅਦੇ ਕਰਕੇ ਮੁੱਕਰ ਜਾਂਦੇ ਸੀ। ਉਹਨਾਂ ਦਾ ਜਿਹੜੀ ਉਹਨਾਂ ਨੇ ਜਿਹੜੀ ਜਿੱਤ ਆ ਸਾਡੀ, ਉਹ ਜੋ ਵਾਅਦੇ 'ਚ ਮੁੱਕਰਦੇ ਸੀ ਲੋਕ, ਜਿਹੜੇ ਅੱਜ ਉਹਨਾਂ ਨੇ ਉਲਾਂਭਾ ਸੀ ਉਹ ਉਲਾਂਭਾ ਲਾਤਾ ਵੀ ਤੁਸੀਂ ਸਾਨੂੰ ਗੁਮਰਾਹ ਕਰਦੇ ਹੋ, ਉਹਨਾਂ ਦਾ ਉਹਨਾਂ ਨੂੰ ਜਿਹੜੀ ਉਹ ਸਜ਼ਾ ਮਿਲੀ ਆ, ਕਿਉਂਕਿ ਲੋਕਾਂ ਨੂੰ ਪੰਜਾਬ ਜਿਹੜਾ ਰੰਗਲਾ ਪੰਜਾਬ ਅਸੀਂ ਮੁੱਢਲੀ ਹੱਥ ਲੈ ਕੇ ਆਏ। ਨਹੀਂ, ਅਸੀਂ ਤਾਂ ਉਮੀਦ ਦੇਖੋ, ਕਲਾਕਾਰ ਤਾਂ ਸਟੇਜ 'ਤੇ ਅੱਡਾ ਜੀ, ਇੱਥੇ ਵਿਧਾਨ ਸਭਾ ਦੇ ਵਿੱਚ MLA ਬਣ ਕੇ ਆਏ ਹਾਂ, ਅਤੇ ਪੂਰਾ ਕਰਾਂਗੇ, ਜਿੰਨੇ ਵਾਅਦੇ ਆ ਸਾਰੇ ਪੂਰੇ ਕਰਾਂਗੇ।